ਹਾਥੀ ਤੇ ਵੀ ਉੱਪਰ ਨੂੰ ਹੋ ਗਿਆ ਉਹ ਹੁੰਦੇ ਤੇ ਪਹਿਲਾਂ ਜਿਹੜੇ ਐਵੇਂ ਸਿੰਘਾਂ ਹੁੰਦੇ ਤੇ ਜਮਦੂਤ ਜੇ ਛੋਟਾ ਹਾਥੀ ਉਹਨੂੰ ਦੂਏ ਨੂੰ ਇਹ ਹੁਣ ਬੜਾ ਹਾਥੀ ਹੋ ਗਿਆ ਦਿਖਾ ਦਈਏ ਕਿਆ ਚੀਜ਼ ਬਾਈ ਹਲੇ ਲੈ ਕੇ ਜਾਣਾ ਅਸੀਂ ਜਿੱਦਾਂ ਜਾਊਂਗੇ ਉਦੋਂ ਸਾਰਾ ਪਿੰਡ ਫਿਰ ਨਾਲ ਆਊਗਾ ਪਿੰਡ ਆਊਗਾ ਫਿਰ ਗੱਡੀਆਂ ਆਉਂਗੀਆਂ ਤਿੰਨ ਚਾਰ ਉਹਦੇ ਗਾਣੇ ਹਾਂ ਨਾਲ ਗੱਡੀਆਂ ਆਉਣਗੀਆਂ ਤਿੰਨ ਚਾਰ ਮੈਨੂੰ ਵੀ ਨਾਲ ਲੈ ਕੇ ਜਾਊਂਗਾ ਮੈਂ ਉਹਨਾਂ ਨੂੰ ਹੋਰ ਕਿਆ ਟ੍ਰੈਕਟਰ ਚੈੱਕ ਕਰ ਲਓ ਇੱਕ ਵਾਰ 4x4 ਆ ਬੇਲ ਬੂਟ ਪਿਆ ਹੋਇਆ ਅਸੈਸਰੀ ਸਾਰੀ ਨਾਲ ਆ ਅਸੈਸਰੀ ਨਾਲ ਆ 655 ਕੋਈ ਨਾ ਕੋਈ ਨਾ ਡੀ ਆਈ ਏ ਸੀ ਆਰ ਡੀ ਜਾ ਜਾਂਦਾ ਬਾਈ ਇਹ ਬਾਪੂ ਦੀ ਰੀਝ ਦੀ ਬਹੁਤ ਲੱਗੇ ਬਾਪੂ ਕਹੀ ਜਾਂਦਾ 4x4 ਹਟੇਰੀ ਮੈਂ ਚੱਲ ਕੋਈ ਨੀ ਅੱਜ ਵੀ ਕਹੀ ਗਿਆ ਚੱਕ ਤੋਂ ਫੱਟੇ ਜਿਹੜਾ ਕੁਛ ਹੁੰਦਾ ਕਹਿੰਦਾ ਕੋਈ ਕਹੀ ਗਿਆ ਮੈਂ ਕਹੀ ਗਿਆ ਮੈਂ ਕਿਹਾ ਮਾਮਾ ਦੀ ਲਾ ਮੈਂ ਫੋਨ ਕਰੀ ਗਿਆ ਬਾਪ ਨਾ ਮਾਮਾ ਦੀ ਲਾ ਬਹੁਤ ਪੈਸੇ ਆ ਅਸੀਂ ਕਹੀ ਕੇ ਹਟ ਜਾ ਹਜੇ ਕਹਿੰਦਾ ਮਾਮਾ ਦੀ ਲਾਲਾ ਬਾਈ ਮੈਂ ਦੇਖ ਲਿਆ ਮਾਮੇ ਦਾ ਅੱਧੇ ਘੰਟੇ ਬਾਅਦ ਫੋਨ ਚੱਕ ਦੋ ਮੈਂ ਦੋ ਵਾਰ ਫੋਨ ਕਰਿਆ ਮਾਮੇ ਦਾ ਦਿਲ ਸਾਡੇ ਵਰਗਾ ਹੈਗਾ ਮੈਂ ਕਹਿਣ ਜੋਗਾ ਹੈਗਾ ਮੈਂ ਦੋ ਵਾਰ ਫੋਨ ਕਰਿਆ ਮੈਂ ਦੇਖ ਲੈ ਇੱਕ ਵਾਰ ਫਿਰ ਉਹ ਜਦ ਯਾਰ ਪੈਸਾ ਬਹੁਤ ਹੈ ਚੀਜ਼ ਤੇ ਪੈਸੇ ਦਾ ਵੀ ਟੈਨਸ਼ਨ ਨਹੀਂ ਆਹੀ ਹੁਣ ਆਹੀ ਉਮਰ ਦੇ ਸ਼ੌਂਕ ਪੂਰੇ ਹੋਣੇ ਫਿਰ ਕਰਦਾ ਠੀਕ ਆ ਨਾਲੇ ਯਾਰ ਜਿਹੜਾ ਬੰਦਾ ਕੰਮ ਕਰਦਾ ਉਹ ਨਾਲੇ ਮਨ ਲੱਗਿਆ ਰਹਿੰਦਾ ਤਾਂ ਕੰਮ 'ਚ ਮਨ ਲੱਗਦਾ ਜਦ ਆਪਣੀ ਚੀਜ਼ ਆਪਣੇ ਹੱਥੀਂ ਦਿੱਤੀ ਵੀ ਹੁੰਦੀ ਨਾ ਮਾਮੇ ਹੁਣ ਚਲਾਉਣ ਤੇ ਇੰਨਾ ਕਿ ਦਿਲ ਕਰਦਾ ਵੀ ਲੈ ਮੈਂ ਚਲਾਉਂਗਾ ਉਹ ਮੈਂ ਸਾਰੀ ਦਿਹਾੜੀ ਨਹੀਂ ਉੱਤਰਦਾ ਟਰੈਕਟਰ ਪਰ ਤੇ ਤੂੜੀ ਵਾਲੀ ਵੀ ਤੂੜੀ ਵਾਲੀ ਲੈ ਕੇ ਦੇਣੀ ਰਜਿੰਦਰ ਗੜੀਆਂ ਨਾਲ ਹੱਥ ਮਿਲਾ ਢਿੱਲੋਆਂ ਨਾਲ ਹੁਣ ਤਾਂ ਹੋਣਾ ਹੀ ਆ ਸਾਰਾ ਕੁਝ ਦਵਾ ਦੇਣਾ ਰਜਿੰਦਰ ਗੜੀਆਂ ਢਿੱਲੋਆਂ ਨਾਲ ਹੱਥ ਮਿਲਾ ਤਾਂ ਹੋਣਾ ਹੀ ਆ ਬਾਈ ਬਾਕੀ ਭਾਈ ਵਧਾਈਆਂ ਬਹੁਤ ਬਹੁਤ ਸਾਰਿਆਂ ਨੂੰ ਤੇ ਅੱਗੇ ਅੱਗੇ ਕੀਮਤਾਂ ਵੀ ਵੱਧਦੀ ਜਾਣੀ ਜਿਵੇਂ ਇਹਦੀ ਵੀ ਦੂਏ ਦੀ ਘਟਦੀ ਜਾਣੀ ਵੀ ਵਧਣੀ ਆ ਉਹਦੀ ਘਟਣੀ ਉਹਦੀ ਘਟਦੀ ਉਹਦੀ ਘਟਣੀ ਆ ਇਹ ਤਾਂ ਹੈਗਾ ਹੀ ਹਾਂ ਬਾਕੀ ਰੇਟ ਸਿਰ ਬਣ ਗਿਆ ਸਾਲ ਵਿੱਚ ਇਹ ਘਟ ਗਿਆ ਆਪਣਾ ਹਾਂਜੀ ਹਾਂਜੀ ਬਿਲਕੁਲ ਨਾਲੇ ਦੇ ਚੀਜ਼ ਰੇਟ ਚ ਆ ਗਈ ਜੀ ਆਪਣੀ ਬਾਕੀ ਵਧਣੀ ਆ ਉਹਦੀ ਘਟਣੀ ਆ ਕਰਮਾਂ ਦੀ ਆ ਜਿਹੜੀ ਚੀਜ਼ ਨੇ ਆਉਣਾ ਉਹਨੇ ਜਿਹੜੀ ਚੀਜ਼ ਨੇ ਆਉਣਾ ਕਿਹੜਾ ਉਹ ਤੇ ਬੇਸ਼ੱਕ ਖੜਨੇ ਹੀ ਆ ਜਿਹੇ ਪਰ ਜਿਹੜੀ ਆ ਸਾਡੇ ਵਾਲੇ ਵੀ ਖੜਾ ਤਾਂ ਅਸੀਂ ਤਾਂ ਅਸੀਂ ਦਸੰਬਰ ਚ ਲੈ ਗਏ ਅਸੀਂ ਦਸੰਬਰ ਚ ਲੈ ਸਵਾ ਦੇ ਕਿਹੜੇ ਕਿਹੜੇ ਨੂੰ ਆਪੇ ਨਾ ਹਾਂ ਪੈਰਾਂ ਨੂੰ ਜਿਹੜਾ ਆਪਾਂ ਲੈ ਕੇ ਗਏ ਤੇ ਉਹ ਦਸੰਬਰ ਚ ਲੈ ਗਏ ਤੇ ਸੰਕਾਂ ਦੀ 22 ਸਾਨੂੰ ਉਲਟ ਕਹਿਣ ਕਹਿੰਦੇ ਮਹੀਨਾ ਖੜ ਜਾਂਦੇ ਨਵੇਂ ਸਾਲ ਚ ਆ ਜਾਂਦਾ ਉਹ ਕਹ ਕੋਈ ਨਹੀਂ ਜਨਵਰੀ ਚ ਉਹ ਜਿਹੜੀ ਚੀਜ਼ ਨੇ ਦਸੰਬਰ ਚ ਵੀ ਚੀਜ਼ਾਂ ਵਿਕਦੀਆਂ ਨੇ ਜਿਹੜੀ ਚੀਜ਼ ਸੇਲ ਹੁੰਦੀ ਅਸੀਂ ਸਵਾ ਕਰਕੇ ਲੈ ਕੇ ਗਏ ਪਤਾ ਹੈ ਵੀ 2 ਮਹੀਨੇ ਦਾ ਕਿਆ ਹੈ ਤੁਹਾਨੂੰ ਪਤਾ ਹੀ ਆ ਜਿਹਨੇ ਕੰਮ ਲੈਣਾ ਜੀ ਉਹ ਮਹੀਨੇ ਨਹੀਂ ਦੇਖ ਰਿਹਾ ਹੈਗਾ ਉਹ ਬੰਦਾ ਅਗਲਾ 12 ਮਹੀਨੇ ਪਹਿਲੇ ਚ ਕਿਆ ਫਰਕ ਆ ਮਾਡਲ 19 ਯਾਰ ਪੂਰੇ ਕਿਆ ਹੋ ਗਿਆ ਜਿਹੜੀ ਪਹਿਲੇ ਵਾਰ ਬਾਅਦ ਜੋ ਪੰਚਿੰਗ ਹੋ ਗਈ ਉਹਦੇ ਪਰ ਉਹਨੇ ਪੰਚਿੰਗ ਲੈ ਕੇ ਜਾਣਾ ਉਦੋਂ ਸਾਰੇ ਆਉਂਗੇ ਹਾਂ ਤੁਸੀਂ ਵੀ ਮਾਨਾਂ ਨੂੰ ਜਾਣਾ ਅਸੀਂ ਨਾਲੇ ਕੀ ਪਤਾ ਨਹੀਂ ਕਿਹੜਾ ਮੈਂ ਚਲਾ ਕੇ ਲਈ ਜਾਣਾ ਮੈਂ ਕਿਹਾ ਕੀ ਪਤਾ ਅਸੀਂ ਛੱਡਣ ਜਾਈਏ ਕੀ ਕਰ ਲਿਓ ਉਹਨੂੰ ਕਰਾ ਲਿਓ ਭੈਣ ਨੂੰ ਮੈਂ ਦੇਖਿਆ ਬਹੁਤ ਹੱਦ ਤੱਕ ਬਹੁਤ ਹੱਦ ਤੱਕ ਅਸੀਂ ਦੇਖਿਆ ਇਹਨੂੰ ਐਮਆਰਐਫ ਹੀ ਆਉਂਦਾ
ਸਾਰੀ ਸੈਸਰੀ ਨਾਲ ਆ ਜੋ ਕੁਛ ਇਹਦੇ ਨਾਲ ਇਹ ਮਾਮੇ ਇੱਕ ਹੋਰ ਦੇ ਲਿਆ ਕਿਹੜਾ ਸੈਸਰੀ ਨੇ ਇੱਧਰ ਨੂੰ ਵੀ ਜਾਣਾ ਇਹਨੇ ਇੱਧਰ ਨੂੰ ਵੀ ਆਵਾ ਦੇਖ ਹਾਂ ਸਪ੍ਰਿੰਗ ਆ ਇਹਨੂੰ ਮੋੜ ਕੇ ਦੇਖ ਲਈ ਅੰਦਰ ਨੂੰ ਜਾਣਾ ਆਪਾਂ ਨੂੰ ਛਤਰੀ ਵੀ ਮਿਲ ਗਈ ਪੇਟ ਵੀ ਨਾਲ ਸਾਰਾ ਕੁਝ ਨਾਲ ਲੱਗਿਆ ਵਾ ਕੁਝ ਕਰਾਉਣੇ ਦੀ ਲੋੜ ਨਹੀਂ ਆਪਾਂ ਨੇ ਬਸ ਇੱਕ ਆਪਣਾ ਬੂਫਰ ਲਾਉਣੇ ਆ ਉਹ ਵੀ ਤੇਰੇ ਕੋਲ ਹੈਗੇ ਆ ਹੈਗੇ ਉਹ ਉਹ ਯੂਟਿਊਬ ਤੇ ਵਾਲੇ ਆ ਜਣੇ ਇਹਦੇ ਆ ਜਣੇ ਆ ਜਾ ਥੋੜਾ ਜਿਹਾ ਫਰਕ ਪਊਗਾ ਇੰਨਾ ਕਿ ਤਾਂ ਚੱਲ ਇੰਨੀ ਤਾਂ ਰਿਐਕਟਮੈਂਟ ਹੋ ਜਾਂਦੀ ਆ ਇੱਧਰ ਹੋ ਜਾਂਦੀ ਆ ਵੀ ਵਧੀਆ ਚੀਜ਼ ਆ ਕੋਈ ਸਾਰਿਆਂ ਦਾ ਬਾਈ ਧੰਨਵਾਦ ਹੌਸਲਾ ਦੇਣੇ ਵਾਲਾ ਹੌਸਲਾ ਦੇਣੇ ਵਾਲਿਆਂ ਦਾ ਮੇਰਾ ਹੌਸਲਾ ਉਹ ਜਿਹੜਾ ਘਰਾਂ ਬੈਠਾ ਬਾਕੀ ਰੱਬ ਦਾ ਹਲੇ ਕਰਦਾ ਤਾਂ ਕਹਿੰਦਾ ਉਹਨੇ ਉਹ ਕਿਹਾ ਮੈਂ ਕਹੇ ਮੈਂ ਲੋਨ ਇੰਨਾ ਬਣਦਾ ਵੀ ਇੰਨੇ ਵਿਆਜ ਪੈਣਾ ਤੈਨੂੰ ਦੇਖ ਲਾ ਚੱਕ ਦੇ ਕਹਿੰਦਾ ਕੋਈ ਨਾ ਕਹਿੰਦਾ ਕੋਈ ਨਹੀਂ ਕਹਿੰਦਾ ਅਸੀਂ ਕਹਿੰਦਾ ਸੀ ਕਹਿੰਦਾ ਲੈਣਾ ਕਹਿੰਦਾ ਕੋਈ ਨਹੀਂ ਮੈਂ ਚੱਲਣ ਠੀਕ ਆ ਠੀਕ ਆ ਭਾਈ ਆਦਾ 4x4 ਆਪਣੀ ਹੁੱਕ ਚੇਂਜ ਕਰਨੀ ਤੁਸੀਂ ਕਹਾਂ ਇਹਦੀ ਨਾ ਇਹਦੀ ਆਪਾਂ ਦੂਏ ਨੂੰ ਦੇ ਦੇਣੀ ਹੈ ਇਹਦੀ ਉਹ ਤਾਂ ਉਰੀ ਆ ਕੇ ਹੋ ਜੂਗਾ ਸਾਰਾ ਪੂਰੀ ਕਰਾ ਦੂੰਗਾ ਇੱਥੇ ਕਰ ਦੇਣਾ ਆਪਣੇ ਅੱਜ ਤੁਹਾਨੂੰ ਆਪਾਂ ਇਹਦੇ ਬਾਕੀ ਮੋٹے ਮੋٹے ਫੀਚਰ ਸਮਝਾਉਣੇ ਆ ਵੀ ਇਹਦੇ ਚ ਸਾਡੇ ਵਾਲੇ 655 ਨਾਲੋਂ ਅੱਗੇ ਕੀ ਫਰਕ ਹੈ ਵੀ ਜਿਵੇਂ ਆਪਣੇ ਵਾਲਾ 655 ਉਹਦੇ ਨਾਲ ਤੇ ਸਭ ਤੋਂ ਪਹਿਲਾਂ ਤਾਂ ਬੈਕ ਸਾਈਡ ਹੀ ਆ ਜਾ ਤੈਨੂੰ ਪਿੱਛੇ ਦੀ ਦਿਖਾ ਦਿੰਨੇ ਆਪਾਂ ਇੱਕ ਤਾਂ ਇਹਦੀ ਆਪਣੇ ਵਾਲਾ ਵੀ 655 ਹੈ CRD ਮਾਡਲ ਆ ਉਹ ਵੀ ਉਹ 2022 ਮਾਡਲ ਆ ਆਪਣਾ ਦਸੰਬਰ ਚ ਲਿਆ ਤੇ ਆਪਾਂ 2022 ਦੇ ਤੇ ਇਹਦੀ ਇੱਕ ਤਾਂ ਲਿੰਕਾਂ ਮੋਟੀਆਂ ਨੇ ਪਿਛਲੀਆਂ ਜਿਹੜੀਆਂ ਪਿੱਛੇ ਲਿੰਕਾਂ ਨੇ ਇਹਦੀਆਂ ਲਿੰਕਾਂ ਦੇ ਨਾਲ ਤੇ ਬਾਕੀ ਇਹਦੇ ਆ ਜਿਹੜੇ ਡਰਾਫਟ ਇਹਦਾ ਕੰਟਰੋਲ ਕਰਦਾ ਹੁੰਦਾ ਇਹ ਜੀ ਡਬਲ ਸੈਂਸਿੰਗ ਆ ਜੀ ਇਹਦੀ ਤੇ ਇਹਦੇ ਵਿੱਚ ਇੱਕ ਤਾਂ ਸਮੂਥਨੈਸ ਆ ਗਈ ਬਾਕੀ ਇਹਦੀ ਲਿਫਟ ਕੈਪੈਸਿਟੀ ਵੱਧ ਗਈ ਠੀਕ ਹੈ ਨਾ ਇਹਦੀ ਦੋਏ ਸਾਈਡ ਆ ਦੇਖ ਬਾਕੀ ਦੋਨੇ ਸਾਈਡਾਂ ਦੇ ਵਿੱਚ ਜੈਕ ਮਿਲਦੇ ਆ ਲਿੰਕ ਉੱਪਰ ਥੱਲੇ ਕਰ ਦਵਾ ਤੇ ਇੱਕ ਆ ਇਹਦਾ ਬਟਨ ਆ ਇਸ ਤਰ੍ਹਾਂ ਆ ਲਿਫਟ ਵਾਲਾ ਮਤਲਬ ਜਿਵੇਂ ਇੱਥੇ ਸਵਿਚ ਆਉਂਦੀ ਹੈ ਨਾ ਆਹ ਬਟਨ ਹੈ ਇਹਦਾ ਲਿਫਟ ਅਪ ਡਾਊਨ ਕਰਨ ਵਾਸਤੇ ਪਾਵਰ ਸੇਮ ਹੈ ਉਹੀ ਕੁਛ ਹੈ ਜਿੰਨੀ ਵਾਰ ਪੰਨੇ ਹੋਇਆ ਸੇਡ ਦੇ ਹਾਂ ਹਾਂ ਆ ਇਹਦੇ ਮੋਡ ਆ ਕੇ ਪਹਿਲਾਂ ਆ ਗਏ ਡੀਜ਼ਲ ਸੇਮ ਆ ਗਿਆ ਨਾਰਮਲ ਹੋ ਗਿਆ ਤੇ ਪਾਵਰ ਹੋ ਗਿਆ ਹਰਸ਼ਵੀਰ ਨੂੰ ਦਿਖਾਤਾ ਹਰਸ਼ਵੀਰ ਕਿੱਧਰ ਆਏ ਇੱਧਰ ਨੂੰ ਆਮੜ ਜਾ ਉੱਪਰ ਨੂੰ ਆ ਜਾ ਇਹਦੇ ਜਦ ਆਪਾਂ ਨੇ ਡੀਜ਼ਲ ਸੇਵਰ ਚਲਾ ਕੇ ਪਾਵਰ ਚਲਾਇਆ ਤਾਂ ਕਿੰਨਾ ਕੁ ਫਰਕ ਤਾਂ ਬਹੁਤ ਫਰਕ ਹੈ ਬਾਈ ਜਦ ਆਪਾਂ ਨੇ ਦੱਬਦੇ ਆਏ ਇੱਕ ਵਾਰ ਤਾਂ ਆਪਾਂ ਬ੍ਰੇਕ ਦੱਬ ਕੇ ਸੀ ਇਹਦੇ ਚ ਕਰਿਆ ਬਹੁਤ ਭਵੇਂ ਭਾਈ ਪੂਰਾ ਦੱਬਿਆ ਡੈਟਰ ਲਾ ਜਿਵੇਂ ਬੰਦ ਹੁੰਦਾ ਯਾਰ ਇਹਦੀ ਆਵਾਜ਼ ਵੀ ਸੁਣਾ ਦਿੰਦਾ ਆ ਚੀਜ਼ ਦੱਬਦੇ ਆ ਇਹ ਹੁਣ ਇਹਦੀ ਆਵਾਜ਼ ਨਹੀਂ ਜਿਵੇਂ ਹੁਣ ਆਪਾਂ ਨੇ ਡੀਜ਼ਲ ਸੇਵਰ ਲਾ ਲਿਆ ਕਿ ਕੀ ਕਰ ਦਿੱਤੀ ਲਾ ਲਿਆ ਡੀਜ਼ਲ ਸੇਵਰ ਇੱਧਰ ਆਪਾਂ ਨੇ ਪਹਿਲਾਂ ਕੀ ਲਾ ਲਿਆ ਹੈ ਇਹ ਸਾਡੀ ਦੇ ਆਵਾਜ਼ ਦੀ ਬਦਲ ਲਈ ਬ੍ਰੇਕਾਂ ਦੱਬ ਲਈ ਡੀਜ਼ਲ ਲੱਗਿਆ ਸੂਈ ਦੇਖ ਲਾ ਮੋਟਰ ਲੱਗ ਗਈ ਜੇ ਖੜ ਗਈ ਸੂਈ ਖੜ ਗਈ ਹੁਣ ਮੈਂ ਪਾਵਰ ਬਟਨ ਦੱਬੂਗਾ ਬੰਦ ਹੋ ਗਿਆ ਆ ਪਾਵਰ ਦੇ ਵਿੱਚ ਇਹਦੇ ਬੰਦ ਮਿਲ ਮੋਟਰ ਨੂੰ ਪਾਵਰ ਦੇ ਦੇ ਕਰਨਾ ਬਾਕੀ ਆਵਾਜ਼ ਸੁਣ ਲਓ ਜੀ ਕੋਈ ਧੁਆਂ ਨਹੀਂ ਇਹਦੀ ਵੀ ਉਵੇਂ ਆ ਆਹ ਦੇਖੇ ਇੱਥੇ ਹੁਣ ਆ 1000 ਵੀ ਨੱਚਣਾ ਬਣਾ ਗਿਆ ਇੱਥੇ ਆ ਕੇ ਬਿਲਕੁਲ ਸਾਇਲੈਂਟ ਹੈ ਸੁੱਤੇ ਪਏ ਦੇ ਕੋਲ ਨੂੰ ਲੰਘਦੇ ਹੋ ਪਤਾ ਨਹੀਂ ਲੱਗਦਾ ਮੈਂ ਇਹਦੇ ਪਰ ਫੋਨ ਕਰਕੇ ਗੱਲਾਂ ਕਰੀਆਂ ਬਾਕੀ ਇਹਨੂੰ ਐਕਸਟਰਾ ਆ ਗਿਆ ਆਪਣੇ ਇੱਥੇ ਡੀਜੀ ਸੈਂਸ ਨਹੀਂ ਹੈਗਾ ਇਹਨੂੰ ਡੀਜੀ ਸੈਂਸ ਵੀ ਹੈਗਾ ਇਹਨੂੰ ਡੀਜੀ ਸੈਂਸ ਵੀ ਆ ਡੀਜੀ ਸੈਂਸ ਕਿੱਟ ਵੀ 6-7000 ਦੀ ਹੈਗੀ ਆ ਨਾਰਮਲ ਜੀ ਤੇ ਇਹਦੀ 6 ਸਾਲ ਦੀ ਗਾਰੰਟੀ ਉਹ ਗਾਰੰਟੀ ਇੱਧਰ ਨੂੰ ਆ ਕੇ ਕਿੱਥੇ ਹੋ ਗਈ ਦਿਖਾ ਦਿੰਦਾ ਮਤਲਬ ਗਾਰੰਟੀ ਦਿੱਤੀ ਹੈ ਉਹਦੇ 'ਚ ਸਹੂਲਤਾਂ ਵੀ ਬਹੁਤ ਹੁੰਦੀਆਂ ਨੇ ਵੀ ਜੇ ਆਪਾਂ ਲਿਫਟ ਦੀ ਲੈਣੀ ਹੈ ਇਹ ਇਕੱਲਾ ਐਂ ਨਹੀਂ ਹੈ ਵੀ ਆਪਾਂ ਨੇ ਕਦੇ ਲਿਫਟ ਟੱਪੇ ਦਾ ਜਾਂ ਫਿਰ ਆਪਾਂ ਨੇ ਸਰਵਿਸ ਨਹੀਂ ਟਾਈਮ ਨਾਲ ਕਰਾਈ ਡਿਫੈਂਸਰ ਦਾ ਟਾਈਮ ਨਹੀਂ ਆਪਾਂ ਨੇ ਉਹ ਨਹੀਂ ਟਾਈਮ ਨਾਲ ਚੇਂਜ ਕਰਾਏ ਤੇ ਉਹਨਾਂ ਟਾਈਮ ਕੰਪਨੀ ਗਾਰੰਟੀ ਵਾਰੰਟੀ ਵੀ ਨਹੀਂ ਦਿੰਦੀ ਆਪਾਂ ਜੇ ਆਪਾਂ ਇਹਨਾਂ ਦੀ ਕੰਡੀਸ਼ਨਾਂ ਪੜਾਂਗੇ ਵੀ 6 ਸਾਲ ਦੀ ਜੇ ਆਪਾਂ ਨੂੰ ਗਾਰੰਟੀ ਦਿੰਦੇ ਤਾਂ ਕੰਡੀਸ਼ਨਾਂ ਹੀ ਬਹੁਤ ਹੁੰਦੀਆਂ ਨੇ
ਮੰਨ ਲੈ ਇਨਕੇਸ ਆਪਾਂ ਨੂੰ ਪਿੱਛੇ ਜੇ ਕੋਈ ਪ੍ਰੋਬਲਮ ਪੈਂਦੀ ਹੈ ਤਾਂ ਉਹਦਾ ਵੀ ਇੱਕ ਟਾਈਮ ਆ ਨਾ, ਜਿਵੇਂ ਆਪਾਂ ਇਹਦਾ 400 ਜਾਂ 500 ਘੰਟੇ ਬਾਅਦ ਇੰਜਣ ਦਾ ਤੇਲ ਚੇਂਜ ਕਰ ਦਿੱਤਾ, ਉਹਦਾ ਵੀ ਤੇਲ ਚੇਂਜ ਹੋ ਜਾਂਦਾ, ਤਾਂ ਆਪਾਂ ਨੂੰ ਗਾਰੰਟੀ ਮਿਲਣੀ ਹੈ ਲਿਫਟ ਅਪ ਦੀ। ਆਪਾਂ ਜੇ ਆਪਾਂ ਉਹਨਾਂ ਦੇ ਰੂਲ ਉਹ ਫੋਲੋ ਨਹੀਂ ਕਰਦੇ, ਉਹ ਲਿਫਟ ਅਪ ਤਾਂ ਕੁਝ ਹੁੰਦਾ ਹੀ ਨਹੀਂ ਸੌਖਾ ਜਿਹਾ, ਇਹ ਇਹਨਾਂ ਦੇ ਕਿੱਥੇ ਸੌਖੇ ਦੇ ਡਿਪੈਂਡ, ਇਹਨਾਂ ਨੇ ਕਿੱਥੇ ਹਿੱਲਣਾ, ਇਹ ਨਹੀਂ ਚੀਜ਼ਾਂ ਹਿੱਲਣੀਆਂ। ਹਾਂ ਬਾਕੀ ਇਹ ਵੇਟ ਦੇ ਵਿੱਚ ਨਿੱਕਰ ਟਰੈਕਟਰ, ਬਾਕੀ ਬਹੁਤ ਬਹੁਤ ਬਾਈ ਫਿਰ ਧੰਨਵਾਦ ਢਿੱਲੋ ਫੈਮਿਲੀ ਜਿਹਨਾਂ ਨੇ ਟਰੈਕਟਰ ਦਵਾਇਆ ਸਾਰੇ 655 ਡੀ ਆਈ ਲੋਕ ਕੋਈ ਫਰਕ ਨੀ ਪੈਂਦਾ, ਏਜੰਸੀ ਯੂਜ ਵੀ ਨਾ ਫਾਇਦਾ ਹੀ ਰਹਿੰਦਾ, ਪੜ੍ਹਦਾ ਦੇਖ ਕਿੰਨੇ ਸਿਲੰਡਰ ਦੇਖ ਲੈ ਬੰਦੇ ਤੇ ਦੋ ਹੋਣਗੇ ਉੱਪਰ ਤੇਲ ਪੁਣ ਕੇ ਪਾਉਣਾ ਰੇਸ ਆ ਗਈ, ਇਲੈਕਟ੍ਰੋਨਿਕ ਆਰਮ ਆ ਗਿਆ, ਤਾਰ ਵਾਲੀ ਹੋਇਆ ਦੀ ਪਾਣੀ ਪੂਣੀ ਧੋ ਜੇ ਕੁਛ ਨੀ, ਕੋਈ ਦਿੱਕਤ ਨੀ ਪੈਂਦੀ, ਆਪਾਂ ਨੇ ਸਿੱਧਾ ਪ੍ਰੈਸ਼ਰ ਨਾਲ ਧੋ ਲਿਆ, ਕੋਈ ਦਿੱਕਤ ਨੀ, ਬਾਹਰੀ ਜੀ ਜਿਹੜੀ ਸੁੱਚ ਤੇ ਬੰਦ ਹੁੰਦਾ ਟਰੈਕਟਰ। ਹਾਂ ਬਾਕੀ ਸਿਸਟਮ ਗੇਅਰ ਗੂਰ ਤੇਰੇ ਸੇਮ ਹੈ, ਵਾਈਕੋ 4 ਵੀਲ ਡਰਾਈਵ ਵਾਲਾ ਤੇਰੇ ਉਹ ਗੇਅਰ ਆ ਗਿਆ, ਇੰਜਨ ਟੋਟਲੀ ਚੇਂਜ ਉਹਦੇ ਨਾਲ, ਸੋਚ ਵੀ ਚੱਕੇ ਦੇ ਲੱਗ ਜਾਣਾ ਹੈ, ਉਹਨੂੰ ਉੱਪਰ ਨਾਲ ਦੇ ਜਿਹੜੀ 6 ਸਾਲ ਦੀ ਵਾਰੰਟੀ ਮੜ ਜਾਓ ਬਾਰੇ ਦੱਸ ਦੂ ਵੀ ਕੀ ਕੁਛ ਹੁੰਦਾ, ਅੱਛਾ ਇੰਜਣ ਦੀ ਆ, 2 ਸਾਲ ਦੀ ਆਪਣੀ ਕਲੱਚ ਦੀ ਹੈ, 2 ਸਾਲ ਦੀ ਆਪਣੀ ਗੇਅਰ ਦੀ, ਅੱਛਾ 2-2 ਸਾਲ ਦੀ, ਇਹੀ ਮਾਡਲ ਆ ਤੇ ਉਹਨਾਂ ਇੱਕ ਦੂਏ ਅਲਟਰਾ ਤੇ ਵੀ ਦਿੰਨੇ ਆ, ਨਹੀਂ ਅਲਟਰਾ ਤੇ ਨਹੀਂ, ਅਲਟਰਾ ਤੇ 2 ਸਾਲ ਦੀ, ਉਹ ਜਿਹੜੇ ਪਿੱਛੇ ਖੜੇ ਆ ਜਿਵੇਂ XP ਪਲੱਸ ਹੋ ਗਿਆ ਉਹਦੇ 'ਚ 6 ਸਾਲ ਦੀ ਹੈ, ਅੱਛਾ XP ਯੂਵੋ ਵੀ 6 ਸਾਲ ਦੀ, ਅੱਛਾ XP ਪਲੱਸ ਦੀ, ਹਾਂਜੀ XP ਪਲੱਸ ਦੀ, ਇਹਦੇ 'ਚ ਹੁਣ ਟਾਇਰ ਚੋਇਸ ਮਿਲ ਸਕਦੀ ਹੈ, ਬੜੀ ਜੇ ਬੜੀ ਟਾਇਰਾਂ 'ਚ ਲੈਣਾ ਹੋਵੇ 11 ਦੇ ਟਾਇਰਾਂ 'ਚ ਲੈਣਾ ਹੋਵੇ, ਇਹਦੇ ਗਰੰਟ ਹੈਗੀ ਆ 9-5-24, ਅੱਜ ਕਬੀਰ ਦਾ ਤਾਂ ਮੈਨੂੰ ਫੋਨ ਆਇਆ ਹੈਗੀ ਹੈ, ਉਹ ਕਹਿੰਦੇ ਵੀ ਜੇ ਅਸੀਂ 11 ਦੇ ਟਾਇਰਾਂ 'ਚ ਲੈਣਾ ਹੋਵੇ ਵੀ ਸਾਨੂੰ ਮਿਲ ਸਕਦਾ, ਪ੍ਰਾਈਸ ਜ਼ਿਆਦਾ ਉਹਦੀ ਮਿਨੀਮਮ ਕਿੰਨਾ ਕੁ ਹੋਊਗੀ, 20-30,000 40,000 ਜਦੋਂ ਸਟੈਂਡਰਡ ਲੈਂਦੇ ਤੇ ਕੋਕੀ ਹੈ 5-5 ਸਰਵਿਸਾਂ ਦੇ ਫਿਲਟਰ ਵੀ ਨਾਲ ਦਿੰਦੇ ਹੁੰਦੇ, ਐਡੀ ਬੜੀ ਪਿੱਟੀ ਸਾਨੂੰ ਫਿਲਟਰ ਵੀ ਨਾਲ ਦਿੰਦੇ ਹੁੰਦੇ, ਸ਼ਾਮੀ ਮਿੰਦਰਾ ਦੀ ਕਿੱਟ ਡੀਜੀ ਸੈਂਸ ਲੱਗਿਆ ਵੀ ਇਹਨੂੰ ਡੀਜੀ ਸੈਂਸ ਆ ਗਿਆ ਹਨਾ, ਠੀਕ ਹੈ ਲਓ ਜੀ ਆਈ ਦੀ ਕਿੱਟ ਆ ਗਈ, ਪੇਚਕਸ ਚਾਬੀਆਂ ਵੀਲ ਪੰਨ ਆ ਗਿਆ, ਆ ਟੂਲ ਕਿੱਟ ਹੈ ਡੀਜੀ ਸੈਂਸ, ਇਹ ਰੀਚਾਰਜ ਕਰੇ ਤੇ ਚੱਲਦਾ ਹੈ, ਇਹਦਾ ਮਤਲਬ ਆਪਾਂ ਨੂੰ ਕੀ ਕੀ ਸਹੂਲਤ ਦਊਗਾ ਡੀਜੀ ਸੈਂਸ ਦੇ ਵਿੱਚ, ਇਹ ਸਾਰੀ ਲੋਕੇਸ਼ਨ ਐਪ ਹੈ ਕੋਈ ਮਹਿੰਦਰਾ ਦੀ, ਹਾਂਜੀ ਐਪ ਹੈ ਜੀ, ਇਹ ਐਪ ਡਾਊਨਲੋਡ ਹੋ ਜੂਗੀ ਆਪਣੇ ਉਹਦੇ ਵਿੱਚ ਮੋਬਾਈਲ 'ਚ, ਅੱਛਾ ਐਪ ਡਾਊਨਲੋਡ ਹੋ ਜੂਗੀ ਫਿਰ ਆਪਾਂ ਇਹਨੂੰ ਰੀਚਾਰਜ ਕਰਾਂਗੇ, ਹਾਂਜੀ ਰੀਚਾਰਜ ਸਾਲ ਦਾ ਕਿ ਮਹੀਨੇ ਦਾ ਹੁੰਦਾ, ਇਹ ਸਾਲ ਦਾ, ਸਾਲ ਦਾ ਰੀਚਾਰਜ ਹੋਊਗਾ ਫਿਰ ਆਪਾਂ ਦੇਖ ਸਕਾਂਗੇ ਵੀ ਟਰੈਕਟਰ 'ਚ ਡੀਜ਼ਲ ਕਿੰਨਾ ਕੁ, ਉਹ ਵੀ ਦੇਖ ਜੂ, ਹਾਂਜੀ ਲੋਕੇਸ਼ਨ ਦੱਸੂਗਾ ਕਿੰਨੇ ਘੰਟੇ ਚੱਲ ਗਿਆ ਜੋ ਵੀ ਹੈ ਸਾਰਾ ਕੁਝ ਦੱਸੂਗਾ, ਅੱਛਾ ਉਹ ਸਾਰਾ ਕੁਝ ਦੱਸੂਗਾ।
ਇਹ ਜੇ ਆਪਾਂ ਨੇ ਕਿਸੇ ਵੀਰ ਨੇ ਲਵਾਉਣੀ ਵੀ ਹੋਵੇ ਫਿਰ ਵੀ ਲੱਗ ਜਾਂਦੀ ਹੈ ਠੀਕ ਹੈ ਇਹ ਜੇ ਬੰਦੇ ਨੇ ਡੀਜੀ ਸੈਂਸ ਨਾਲ ਲੈਣਾ ਹੋਵੇ ਥੋੜਾ ਚੜਾਈ ਇੱਧਰ ਲੱਗੀ ਵੀ ਇੱਧਰ ਲੱਗੀ ਇੱਧਰਲੀ ਸਾਈਡ ਲੱਗਿਆ ਹੋਇਆ ਪਾਵਰ ਸਟੇਅਰਿੰਗ ਵੀ ਪਿਛਲੇ ਪਾਸੇ ਉਹ ਬੈਂਟਰੀ ਬਕਸ ਆ ਗਿਆ ਬੈਂਟਰੀ ਦਾ ਗਰੰਟੀ ਬਿੱਲ ਆਪਾਂ ਨੂੰ ਅਲੱਗ ਮਿਲੂਗਾ ਉਹਦੀ ਜਿੰਨੇ ਟਾਈਮ ਦੀ ਗਰੰਟੀ ਹੋਊਗੀ ਬੈਂਟਰੀ ਵਧੀਆ ਐਮਰ ਆਉਂਦੀ ਆ ਹੈ ਨਾ ਜਿਹੜੀ ਵੀ ਕੋਈ ਕੰਪਨੀ ਦੀ ਹੁੰਦੀ ਉਹ ਆਪਾਂ ਨੂੰ ਹੁੰਦੀ ਗਰੰਟੀ ਬਾਕੀ ਇਹਦੀ ਹੁੱਟ ਦਾ ਫਰਕ ਹੈ ਆਮ ਟਰੈਕਟਰਾਂ ਨਾਲ ਥੋੜ੍ਹੀ ਜਿਹੀ ਚੌੜੀ ਹੈ ਇਹ ਜ਼ਿਆਦਾ ਹਾਂ ਇਹ ਚੜਾਈ 'ਚ ਹੈ ਨਾ ਇਹਦੇ ਯੂ 'ਚ ਵੀ ਫਰਕ ਹੈ ਯੂ ਵੀ ਤਕੜਾ ਇਹਦਾ ਬਹੁਤ ਸੀਟ ਦੇ ਵਿੱਚ ਆਰਮਰ ਐਸੇ ਮਿਲ ਗਏ ਉੱਪਰ ਲਵੀਡ ਦਾ ਸਟੇਬਲ ਹੈ ਪਿਛਲੇ ਪਾਸੇ ਸੈਟਿੰਗ ਹੈ ਇਹਦੀਆਂ ਆਹ ਤਾਂ ਜੰਪ ਵਾਲਾ ਆ ਗਿਆ ਇਹਦਾ ਹੁਣੇ 65 ਕਿਲੋ ਪਰ ਹੋਈ ਵੀ ਹੈ ਜੰਪ ਲੱਗ ਦੇਣਾ ਇਹਨੇ ਇੱਕ ਆਪਾਂ ਨੇ ਆਹ ਦੋ ਇਹਦੇ ਸਿਸਟਮ ਨੇ ਇਹਨੂੰ ਚੱਕ ਕੇ ਆਪਾਂ ਇੱਥੇ ਉੱਪਰ ਲੈ ਜਾ ਉਰੇ ਲੈ ਜਾ ਚਾਹੇ ਥੱਲੇ ਲੈ ਜਾ ਚਾਹੇ ਇਹ ਚੀਜ਼ 'ਚ ਵੀ ਫਰਕ ਹੈ ਅੱਗੇ ਪਿੱਛੇ ਤਾਂ ਹੁੰਦੀ ਹੈ ਜਾਂ ਇਹਦਾ ਪਿਛਲੇ ਪਾਸੇ ਟੂਲ ਆ ਗਿਆ ਆਹ ਲਾਈਟਾਂ ਵਾਸਤੇ ਆਹ ਪੀ ਟੀ ਯੂ ਦਾ ਫੋਰਵਰਡਰ ਬਸ ਆ ਗਿਆ ਠੀਕ ਹੈ ਅਤੇ ਆਹ ਇਹਦੇ ਡਿਸਟ੍ਰੀਬਿਊਟਰ ਵਾਲੇ ਅਤੇ ਬਾਕੀ ਕਹਿਣ ਦੀ ਲੋੜ ਹੀ ਨਹੀਂ ਕੋਈ ਹੱਡ ਗੋਡਿਆਂ ਪੱਖੋਂ ਬਥੇਰਾ ਜ਼ਬਰਦਸਤ ਹੈ ਜਿਹਨੀ ਇਹ ਇਹ ਟਰੈਕਟਰ ਨੂੰ ਬੇਲਟ ਦੀ ਜ਼ਰੂਰਤ ਨਹੀਂ ਹੈ ਸਾਡੇ ਅਕੋਰਡਿੰਗਲੀ ਹੁਣ ਆਪਣੇ ਲੱਗ ਗਏ ਉਹ ਕੰਪਨੀ ਕੰਪਨੀ ਦਾ ਜਿਹੜਾ ਕੰਪਨੀ ਦੇ ਮਤਲਬ ਆਪਾਂ ਨੇ ਇੱਕ ਵੀ ਚੀਜ਼ ਉੱਪਰ ਲਵਾਈ ਵੀ ਸਿਰਫ ਇੱਕ ਆਪਾਂ ਨੇ ਡੈੱਕ ਡੈੱਕ ਲਵਾਇਆ ਵਾ 34 ਕੁਇੰਟਲ 20 ਕਿਲੋ ਦਾ ਟਰੈਕਟਰ ਆਪਾਂ ਸਲਿੱਪ ਨਹੀਂ ਕੱਢਦਾ ਸੌਖਾ ਜਿਹਾ ਜਾਮ ਕੋਈ ਟਰੈਕਟਰ ਜਿੱਥੇ ਸਲਿੱਪ ਕੱਢ ਦਿੰਦਾ ਸਮਝ ਲਓ ਉਹਨੇ ਉੱਥੇ ਸਲਿੱਪ ਕੱਢ ਕੇ ਨਹੀਂ ਚੱਲਦਾ ਬਸ ਇੰਜਣ 'ਚ ਦਮ ਚਾਹੀਦਾ ਵੀ ਹਾਂ ਉਹਦਾ ਟਾਇਰ ਘੁਮਾਉਣ ਵਾਸਤੇ ਇੰਨਾ ਫਰਕ ਹੈ ਜਿਹਨੇ ਵੇਟ ਵੀ ਮਤਲਬ ਆਪਣੀ ਗ੍ਰੈਵਿਟੀ ਇੰਨੀ ਬਣਾਉਂਦਾ ਹੈ ਖਿੱਚਣ ਦੇ ਵਿੱਚ ਤਵੀਆਂ 'ਚ ਹਲਾਂ ਦੇ ਵਿੱਚ ਉਹਨੇ ਨੋਵੋ ਤਾਂ ਹੀ ਵੱਧ ਹਲਾਂ ਹੋਲਾਂ 'ਤੇ ਜਾਂ ਹੋਰ ਤਵੀਆਂ 'ਤੇ ਸਲਿੱਪ ਨਹੀਂ ਸੌਖਾ ਜਿਹਾ ਦਿਖਾਉਂਦਾ ਇਹ ਟਰੈਕਟਰ ਇਹਦੀ ਵੇਟ ਦੇ ਅਕੋਰਡਿੰਗ ਇਹਦੀ ਪੁਲਿੰਗ ਹੈ ਜਿਹੜੀ ਉਹ ਪੂਰੀ ਜ਼ਬਰਦਸਤ ਬਣ ਜਾਂਦੀ ਹੈ ਹੁਣ ਉਹ 27 ਕੁਇੰਟਲ ਦਾ ਆਪਣਾ ਦੂਆ ਹੈ ਕੱਲਾ ਨੋਵੋ ਇਹ 34 ਕੁਇੰਟਲ 20 ਕਿਲੋ ਦਾ ਕੰਡਾ ਕਰਾਇਆ ਤਾਂ ਬਸ ਇਹਦੇ ਕੋਲ ਡੈੱਕ ਨਹੀਂ ਹੈ ਸਮਝ ਲੈ 50 ਕਿਲੋ ਦਾ ਫਰਕ ਹੋਊਗਾ ਹੁਣ ਤਾਂ ਤੁਹਾਡਾ ਵੀ 100 ਕੁਇੰਟਲ ਵਾਲਾ ਕਰਨ ਯੋਗਾ ਨਹੀਂ ਹੈ 100 ਵਾਲਾ 150 ਵਾਲਾ ਕਹੋ ਕਿੰਨਾ ਲੈ ਕੇ ਜਾਂਦਾ ਤਾਂ ਹੁਣ ਨਹੀਂ ਬਾਈ 100 ਜਾਣਾ ਕਰਨਾ 150 ਵਾਲਾ ਤੁਹਾਡਾ ਕਰਾਉਣਾ ਤਾਂ ਆਵੇ ਸੋਚੀ ਐਡਾ ਰਾਈਡਰ ਸਾਡੇ ਬਰਾਬਰ ਹੀ ਜਾਊਗਾ ਅਗਲੇ ਦੇ ਕੀ ਕਹਿੰਦਾ ਪਾਪਾ 475 ਪਰਤਾ ਦਾ ਤੂੰ ਦਿਲ ਕਿੱਡਾ ਲਈ ਜਾਂਦਾ ਟਰੈਕਟਰ ਟਰਾਲੀ ਦੇ ਹਾਂ 150 ਟਰਾਲਾ ਹੀ ਬੜਾ ਟਰੈਕਟਰੀ ਬੜਾ 150 ਚਾਹੀਦਾ ਚਾਹੀਦਾ ਟਰਾਲਾ ਬੜਾ ਲਦਾ ਕੋ ਨਹੀਂ ਹੁੰਦਾ 150 ਦਾ ਸਾਡੇ ਨਾਲ ਹੋਈ ਸੀ ਸਾਡਾ ਕਿਹੜੇ ਨੋਬ ਵੇਚਣ ਦਾ ਮਨ ਹੈਗਾ ਆਪਣਾ ਸਾਨੂੰ ਤਾਂ ਮਨ ਹੀ ਨੀ ਤਾਂ ਇਹ ਤਾਂ ਬਸ ਇੱਕ ਹਰਸ਼ਵੀਰ ਦੇ ਗਾਣੇ ਮੁਰਲੇ ਢਹਿਰਾ ਨੇ ਜ਼ੋਰ ਸਾਡਾ ਲਵਾ ਤਾ ਤੈਨੂੰ
ਮੁਨਾਫਾ ਦੇ ਕੇ ਜਾਵੇ ਹਰੇਕ ਕੋਈ ਵੀ ਹੈ ਹੁਣ ਬਾਕੀ ਕੰਪੀਟੀਸ਼ਨ ਦਾ ਟਾਈਮ ਹੈ ਹੁਣ ਚੀਜ਼ ਉਹ ਲੋ ਜਿਹਦੀ ਮਾਰਕੀਟ ਅਸੀਂ ਪਹਿਲਾਂ ਬਥੇਰੇ ਪਾਸੇ ਭੱਜੇ ਭੁੱਜੇ ਫਿਰੇ ਹਾਂ ਭੱਜਣੀ ਹੁਣ ਆਪਣੇ ਕੋਲ ਐਂ ਵੀ ਵੈਲਿਊ ਪੈਂਦੀ ਹੈ ਸਾਲ 'ਚ ਨੂੰ ਕਿੰਨਾ ਕੁ ਫਰਕ ਪਾਇਆ ਤਾਂ ਸਾਲ ਇੱਕ ਚਲਾ ਲੈਂਦੇ ਚਲੋ ਫਿਰ ਚਲੀਏ